ਕੱਲ ਜਿਹੜਾ ਜਲਾਸ ਹੋਇਆ ਸੀ ਕੌਮੀ ਸਲਾਮਤੀ ਕਮੇਟੀ ਦਾ ਸ਼ਲਾਮਬਾਦ ਦੇ ਵਿੱਚ ਕਮੇਟੀ ਵਾਲਿਆਂ ਨੇ ਅੱਜ ਦੇ ਅੰਡਾ ਇਹ ਕਿਹਾ ਜਿਹੜਾ ਖਤ ਜਿਹੜਾ ਜਿਹਨੂੰ ਧਮਕੀ ਮੇ ਲੈਟਰ ਕਿਹਾ ਜਾਂਦਾ ਵੇ ਉਹ ਬੇਬੁਨਿਆਦ ਹੈ ਉਹਦੇ ਨਾਲ ਪਾਕਿਸਤਾਨੀ ਜਿਹੜੀ ਕੌਮੀ ਸਲਾਮਤੀ ਜਿਹੜੀ ਹੈ ਉਹਦੇ ਤੇ ਕੋਈ ਯਾਨੀ ਖਤਰਾ ਨਹੀਂ ਹੈ ਉਹ ਜਸਟ ਇੱਕ ਮਦਖਲਤ ਸੀ ਉਹ ਸਾਜ਼ਿਸ਼ ਨਹੀਂ ਹੈ ਪਤਾ ਨਹੀਂ ਉਹਨਾਂ ਦਾ ਕੀ ਨਿਚੋੜ ਕੱਢਿਆ ਬਾਹਰਲ ਅਸੀਂ ਮੰਨ ਲਿਆ ਜੀ ਕਮੇਟੀ ਵਾਲੇ ਜੋ ਕਹਿੰਦੇ ਪੈ ਨੇ ਐਨ ਜੀਓ ਆਏਗਾ ਲੇਕਰ ਕਮੇਟੀ ਵਾਲਿਆਂ ਨੂੰ ਮੈਂ ਪੁੱਛਣਾ ਕਿ ਇੱਕ ਵੀ ਜਵਾਬ ਦੇ ਦਿਓ ਕਿ ਸ਼ਬਾਸ਼ ਸ਼ਰੀਫ ਅਜਿਹਾ ਵਜ਼ੀਰ ਅਜ਼ਮ ਨਿਸੀ ਬਣਿਆਤਾ ਉਹਨੇ ਪਾਕਿਸਤਾਨੀ ਕੌਮ ਵਾਸਤੇ ਇੱਕ ਫਿਕਰਾ ਬੋਲਿਆ ਸੀ ਉਹਨੇ ਕਿਹਾ ਸੀ ਬੈਗਰਸ ਕਾਂਟ ਬੀ ਚੂਜ਼ਰਸ ਭਿਕਾਰੀ ਜਿਹੜੇ ਹੁੰਦੇ ਨੇ ਇਹ ਆਪਣੀ ਮਰਜ਼ੀ ਨਹੀਂ ਕਰ ਸਕਦੇ ਕੋ ਆਪਣੀ ਚੁਆਇਸ ਨਹੀਂ ਕਰ ਸਕਦੇ ਉੱਥੇ ਨਾ ਤੁਸੀਂ ਕਮੇਟੀ ਵਾਲੇ ਬੋਲੇਓ ਨਾ ਉੱਥੇ ਪਾਕਿਸਤਾਨੀ ਫੌਜ ਬੋਲੀਏ ਨਾ ਅਦਾਲਤਾਂ ਬੋਲੀਆਂ ਨੇ ਸਾਰੇ ਚੁੱਪ ਲੱਗ ਗੀ ਦੀਏ ਪਰ ਇਸੇ ਸ਼ਬਾਸ਼ ਸ਼ਰੀਫ ਨੇ ਇਹ ਵੀ ਕਿਹਾ ਸੀ ਕਿ ਇਮਰਾਨ ਖਾਨ ਨੂੰ ਐਬਸੋਲੂਟਲੀ ਨਾਟ ਨਹੀਂ ਸੀ ਕਹਿਣਾ ਚਾਹੀਦਾ ਅਮਰੀਕਾ ਵਾਲਿਆਂ ਨੂੰ ਮਤਲਬ ਕਿ ਜੋ ਕਹਿੰਦੇ ਸਨ ਕਰ ਲੈਣਾ ਚਾਹੀਦਾ ਸੀ ਹੁਣ ਜਿਹੜਾ ਵਜ਼ੀਰ ਇਫਾ ਨੇ ਬਣਾਇਆ ਦਫਾ ਖਾਜਾ ਅਸਫ ਉਹਦੇ ਇਹ ਲਫ਼ਾਜ਼ ਨੇ ਉਹ ਕਹਿੰਦਾ ਕਿ ਅਮਰੀਕਾ ਜਿਹੜਾ ਵੇ ਇੱਕ ਮਜ਼ਬੂਤ ਮੁਲਕ ਹੈ ਉਹ ਪਾਕਿਸਤਾਨ ਨੂੰ ਕਿਸੇ ਟਾਈਮ ਵੀ ਮੁਸ਼ਕਲ ਚ ਪਾ ਸਕਦਾ ਹੈ ਐਡੇ ਬੇਤਮਾਦੇ ਨੇ ਹੁਣ ਤੂੰ ਬਣ ਗਿਆ ਨਾ ਵਜ਼ੀਰ ਇਫਾ ਦੇ ਦੇ ਸਾਰਾ ਕੁਝ ਉਹਨਾਂ ਨੂੰ ਜੋ ਮਰਜ਼ੀ ਕਰ ਉਹ ਹੁਣ ਤੁਸੀਂ ਜ਼ਹਿਰ ਕਰਨਾ ਵੀ ਹੈ ਪੈਸੇ ਲੈ ਦੇਣੇ ਕਰਨਾ ਦੇ ਆਜੇ ਮੇਰੇ ਸਿਰ ਚ ਬਲਕੇ ਗਾਣਾ ਆ ਗਿਆ ਹੋ ਨੁਕਲੇ ਇਹ ਨੂੰ ਨਾਲ ਲੀਗਲ ਜਿਹੜੇ ਨਾ ਇਹਨਾਂ ਵਾਸਤੇ ਬਿਲਕੁਲ ਫਿੱਟ ਹੁੰਦਾ ਵੈ ਇਹਨੂੰ ਪੈਸੇ ਦੋਵੇ ਨਾ ਕਿ ਜੋ ਮਰਜ਼ੀ ਕਰਵਾ ਲੈਣੋ ਕਿ ਜੋ ਮਰਜ਼ੀ ਲੈ ਲੋ ਇਹ ਲੰਮੇ ਪੈ ਜਾਂਦੇ ਨੇ ਜਿਹੜਾ ਸ਼ਬਾਜ਼ਾ ਜਿਹੜਾ ਮੁੰਡਾ ਵੇ ਕਿਰਲੀ ਉਹ ਇਹ ਕਹਿ ਰਿਹਾ ਜੀ ਕਿ ਇਮਰਾਨ ਖਾਨ ਨੇ ਵੇਖੋ ਜੀ ਯੂਰੋਪੀ ਯੂਨੀਅਨ ਨੂੰ ਅੱਖਾਂ ਵਹਾਈਆਂ ਨਹੀਂ ਹਵਾਣੀ ਚਾਹੀਦੀਆਂ ਭਾਈ ਕਿਉਂ ਨਾ ਵਾਹੇ ਤੁਸੀਂ ਤਾਂ ਗੁਲਾਮ ਹੋ ਇਮਰਾਨ ਖਾਨ ਦੇ ਕਹੇ ਵੇ ਕਿ ਮੈਂ ਦੋਸੀ ਸਾਰੇ ਨਾ ਕਰਾਂਗਾ ਗੁਲਾਮੀ ਕਿਸੇ ਦੀ ਨਹੀਂ ਕਰਾਂਗਾ ਜਿਹੜਾ ਬੰਦਾ ਗੁਲਾਮੀ ਕਿਸੇ ਦੀ ਨਾ ਕਰਦਾ ਔਖਾਂ ਚੱਖਾ ਪਾ ਕੇ ਗੱਲ ਕਰਦਾ ਹਜੇ ਇਮਰਾਨ ਖਾਨ ਨੇ ਸਿਰਫ ਚਾਰ ਜਲ جس دن اونے کال دی تھی نا کہ آ جاؤ اسلام آباد ਤੁਹਾਨੂੰ چھਪਣ ਨੂੰ جگہ نہیں لبਣੀ ਤੁਸੀਂ اسمبلیਆਂ ਵੀ توڑو گے ਤੁਸੀਂ ਨਵੇਂ الیکشنਾਂ ਦਾ اعلان ਵੀ ਕਰੋਗੇ ਤੁਸੀਂ ਸਭ ਕੁਝ ਹੀ ਕਰੋਗੇ ਇਨਸ਼ਾਅੱਲਾ پوری قوم ਜਿਹੜੀ ਹੈ ਉਹ Imran Khan ਦੇ ਨਾਲ ਹੈ اور قوم ਜਿਹੜੀ ਉਹ ਜਾਗ ਗਈ ਹੈ ਪਤਾ ਤੁਹਾਨੂੰ ਲੱਗ ਗਿਆ ਜ਼ਰ ਜਲਸੇ ਤੁਸੀਂ ਵੇਖਣੇ ਜੋ ਹੋ ਰਿਹਾ ਵੇ ਇਨਸ਼ਾਅੱਲਾ ਦੋ ਤਾਈ ਦੇ اکثریت ਨਾਲ ਵਾਪਸ ਫਿਰ Imran Khan ਆਏਗਾ وزیر اعظم ਪਾਕਿਸਤਾਨ ਹੋਏਗਾ اور ਫਿਰ ਦੁਬਾਰਾ ਪਾਕਿਸਤਾਨ ਜੜਾਵੇ ਇੱਜ਼ਤ ਨਾਲ ਬਾਹਰ ਫਿਰੇਗਾ ਮੇਰੀ ਤਰਫੋਂ ਅਸਲਾਮੁਅਲੈਕ